ਜਿਹੜਾ ਅਗਲਾ ਸਾਡਾ ਕੰਟੈਸਟੈਂਟ ਆ ਰਿਹਾ ਹੈ ਇਹ ਲੈਜੈਂਡ ਚਰਨਜੀਤ ਅਹੂਜਾ ਜੀ ਵਰਗਾ ਬਣਨਾ ਚਾਹੁੰਦਾ ਹੈ ਵੱਡਾ ਹੋ ਕੇ ਮਿਊਜ਼ਿਕ ਡਾਇਰੈਕਟਰ ਬਣਨਾ ਚਾਹੁੰਦਾ ਹੈ ਸੋ ਪਹਿਲਾਂ ਤਾਂ ਉਹਨਾਂ ਲਈ ਤਾੜੀਆਂ ਹੋ ਜਾਣ ਔਰ ਐਸੇ ਵੱਡੇ ਨਾਮ ਨੂੰ ਉਹਨਾਂ ਨੇ ਆਪਣਾ ਆਈਡਲ ਮੰਨਿਆ ਸੋ ਬਹੁਤ ਸਾਰੇ ਐਕਸਪੈਕਟੇਸ਼ਨਸ ਨੇ ਇਹਨਾਂ ਦੇ ਕੋਲੋਂ ਦੇਖਦੇ ਹਾਂ ਫਿਰ ਕੀ ਗਾਉਂਦੇ ਨੇ ਪੰਜਾਬੀ ਖਾਸ ਤੌਰ ਤੇ ਉਸ ਹਰ ਸ਼ਖਸ ਦੇ ਜੋ ਆਈਡਲ ਨੇ ਉਹ ਮੇਰੇ ਫਾਦਰ ਸਾਹਿਬ ਨੇ ਜਨਾਬ ਚਰਨਜੀਤ ਅਹੂਜਾ ਮੇਰੇ ਤਾਂ ਓਬਵੀਅਸਲੀ ਆਈਡਲ ਉਹੀ ਨੇ ਹਰ ਮਿਊਜ਼ਿਕ ਕੰਪੋਜ਼ਰ ਇਹੀ ਏਮ ਕਰਦਾ ਵੀ ਅਸੀਂ ਉਹਨਾਂ ਵਰਗਾ ਕੰਮ ਕਰ ਸਕੀਏ ਕਿਤੇ ਨਾ ਕਿਤੇ ਲਾਈਫ 'ਚ ਸੋ ਬਹੁਤ ਖੁਸ਼ੀ ਹੁੰਦੀ ਹੈ ਬਿਲਕੁਲ ਤਾਲੀਆਂ ਪਾਉਂਦੀਆਂ ਨੇ ਇਸ ਗੱਲ ਤੇ ਮੈਂ ਉਸਤਾਦ ਜੀ ਬਾਰੇ ਗੱਲ ਕਹਿਣਾ ਚਾਹੂੰਗਾ ਸ਼੍ਰੀ ਚਰਨਜੀਤ ਅਹੂਜਾ ਜੀ ਨੂੰ ਜਿੰਨੇ ਜਿਹੜਾ ਵੀ ਮਿਊਜ਼ਿਕ ਨਾਲ ਪਿਆਰ ਕਰਦਾ ਨਾ ਮੈਂ ਆਪਣੀ ਗੱਲ ਦੱਸਦਾ ਮੈਂ ਭਾਅ ਜੀ ਨੂੰ ਮਿਲ ਲਿਆ ਸੀਗਾ ਅਤੇ ਮੈਂ ਜਿੱਦਣ ਪਹਿਲੀ ਵਾਰ ਮਿਲਿਆ ਸੀਗਾ ਅਤੇ ਕਿਉਂਕਿ ਇਹਨਾਂ ਨੇ ਆਲਰੇਡੀ ਪਤਾ ਨਹੀਂ ਮੈਨੂੰ ਕਿਸ ਤਰੀਕੇ ਨਾਲ ਇੰਟਰੋਡਿਊਸ ਕੀਤਾ ਸੀ ਉੱਥੇ ਕਿ ਜਦੋਂ ਮੈਂ ਗਿਆ ਤਾਂ ਉਹ ਬਹੁਤ ਖੁਸ਼ ਸੀਗੇ ਮੇਰੇ ਆਉਣ 'ਤੇ ਉਹਨਾਂ ਨੇ ਜੱਫੀ ਪਾਈ ਮੈਂ ਜਦੋਂ ਗੋਡੀ ਹੱਥ ਲਾਇਆ ਕਹਿੰਦੇ ਨਹੀਂ ਯਾਰ ਤੂੰ ਜੱਫੀ ਪਾ ਅਤੇ ਮੈਂ ਕਿਹਾ ਨਹੀਂ ਮੇਰੇ ਨਾ ਤੁਸੀਂ ਸਿਰ 'ਤੇ ਹੱਥ ਰੱਖੋ ਵੀ ਤੁਹਾਡੇ ਹੱਥ ਦੇ ਵਿੱਚ ਬਹੁਤ ਬਖਸ਼ਿਸ਼ ਹੈ ਬਹੁਤ ਅਸੀਸ ਹੈ ਮੈਨੂੰ ਉਸ ਅਸੀਸ ਦੀ ਲੋੜ ਹੈ ਕਿ ਤੁਹਾਡੇ ਵਰਗੇ ਗੁਣ ਸਾਡੇ 'ਚ ਵੀ ਕਿਤੇ ਨਾ ਕਿਤੇ ਟ੍ਰਾਂਸਫਰ ਹੋ ਜਾਣ ਇਸ ਟੱਚ ਦੇ ਜ਼ਰੀਏ ਹੈ ਨਾ ਅਤੇ ਵਾਕਿਆ ਹੀ ਉਹਨਾਂ ਵਰਗਾ ਬਣਨਾ ਇਹ ਸੋਚ ਰੱਖਣੀ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਇਟਸ ਅ ਯੈਸ ਜੀ ਕ੍ਰਿਸ਼ ਕਰਨ ਦੇ ਬਾਰੇ ਕੀ ਕਹਿਣਾ ਚਾਹੋਗੇ ਕ੍ਰਿਸ਼ ਕਰਨ ਨੂੰ ਇੱਦਾਂ ਕਹਿਣਾ ਚਾਹੂੰਗਾ ਬਹੁਤ ਪਿਆਰਾ ਬੱਚਾ ਬਹੁਤ ਅੱਛਾ ਸੁਰੀਲਾ ਔਰ ਉਹਦੀ ਉਮਰ ਦਾ ਕੱਦ ਔਰ ਉਹਦੇ ਗਾਣੇ ਦਾ ਕੱਦ ਬਹੁਤ ਡਿਫਰੈਂਸ ਸੀ ਇੰਨਾ ਔਖਾ ਗਾਣਾ ਚੂਜ਼ ਕਰਨਾ ਇੰਨੀ ਔਖੀ ਕੰਪੋਜੀਸ਼ਨ ਗਾਣਾ ਇਸ ਉਮਰ 'ਚ ਔਰ ਅੱਛੇ ਤਰੀਕੇ ਨਾਲ ਨਿਭਾਉਣਾ ਇਹ ਬਹੁਤ ਵੱਡੀ ਗੱਲ ਹੁੰਦੀ ਜੀ ਸੋ ਯੈਸ ਅਫਸਾਨਾ ਇਟਸ ਅ ਯੈਸ ਬਿਗ ਯੈਸ ਫੋਰ ਕ੍ਰਿਸ਼ ਕਰਨ ਕ੍ਰਿਸ਼ ਕਰਨ ਤੁਸੀਂ ਪਹੁੰਚ ਗਏ ਹੋ ਮੇਗਾ ਆਡੀਸ਼ਨਸ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ Subscribe PDC Punjabi and press the bell icon to never miss an update. Download karo PDC Play app te suno live Gurbani, naal hi vekho Punjabi movies, gaane te shows.